मैं नरेंद्र सिंह, ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਗਿੱਲ ਸਮਾਰਟ ਸਟੱਡੀ 'ਤੇ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਰਕਾਰੀ ਟੈਸਟਾਂ ਦੇ ਲਈ ਵੀਡੀਓ ਲੈ ਕੇ ਆ ਰਹੇ ਹਾਂ, ਅਤੇ ਅੱਜ ਡਾਇਰੈਕਸ਼ਨ ਵੀ ਸੀ ਵੀਡੀਓ ਲੈ ਕੇ ਆ ਰਹੇ ਹਾਂ। ਰੀਜ਼ਨਿੰਗ ਦਾ ਟੋਪਿਕ ਹੈ ਫਸਟ ਵੀਡੀਓ, ਰੀਜ਼ਨਿੰਗ ਦੀ ਟੋਪਿਕ ਡਾਇਰੈਕਸ਼ਨ। ਅੱਜ ਅਸੀਂ ਡਾਇਰੈਕਸ਼ਨ ਦੇ ਬਾਰੇ ਦੇਖਾਂਗੇ ਵੀ ਡਾਇਰੈਕਸ਼ਨ ਦੀ ਇੱਕ ਇੰਟਰੋ ਦੇਣੀ ਵੀ ਡਾਇਰੈਕਸ਼ਨ ਦੇ ਵਿੱਚ ਆਪਾਂ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਕੀ ਪੜ੍ਹਨਾ। ਤਾਂ ਹੁਣ ਜਿਹੜੀ ਸਾਡੇ ਕੋਲ ਡਾਇਰੈਕਸ਼ਨ ਹੈ, ਡਾਇਰੈਕਸ਼ਨ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਕੋਲ ਕੀ ਹੁੰਦੀ ਹੈ ਜੀ, ਡਾਇਰੈਕਸ਼ਨ ਦੇ ਵਿੱਚ ਕੀ ਹੁੰਦਾ ਜੀ, ਨੌਰਥ ਹੋ ਗਿਆ ਜੀ, ਸਾਊਥ, ਈਸਟ ਤੇ ਵੈਸਟ। ਜੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ, ਨੌਰਥ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਜੀ, ਉੱਤਰ। ਈਸਟ ਨੂੰ ਕੀ ਕਹਿੰਦੇ ਜੀ, ਪੂਰਬ। ਸਾਊਥ ਨੂੰ ਕੀ ਕਹਿੰਦੇ ਜੀ, ਦੱਖਣ। ਵੈਸਟ ਨੂੰ ਕੀ ਕਹਿੰਦੇ ਜੀ, ਪੱਛਮ। ਨੌਰਥ, ਈਸਟ, ਸਾਊਥ, ਵੈਸਟ। ਜੇ ਆਪਾਂ ਦੇਖੀਏ ਇਹਨੂੰ ਯਾਦ ਰੱਖਣ ਦਾ ਇੱਕ ਤਰੀਕਾ ਕੀ, ਨਿਊਜ਼, ਨਿਊਜ਼ ਹੁੰਦੀ ਹੈ ਨਾ, ਨਿਊਜ਼ ਤੋਂ ਬਣਦੇ ਨੇ NEWS, ਉੱਥੋਂ ਕੋਲ ਬਣਦੇ ਨੌਰਥ, ਈਸਟ, ਵੈਸਟ ਤੇ ਸਾਊਥ। ਠੀਕ ਹੈ ਜੀ। ਤਾਂ ਆਪਣੇ ਕੋਲ ਕਈ ਵਾਰੀ ਹੁੰਦੇ ਆ, ਸਾਡੇ ਕੋਲ ਅੱਗੇ ਦੇ ਬਾਰੇ ਆਪਾਂ ਨੇ ਕੀ ਪੜ੍ਹਨਾ, ਜਿਵੇਂ ਤੁਹਾਨੂੰ ਦੱਸਿਆ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਪੈਣਾ। ਜ਼ਰੂਰੀ ਨਹੀਂ ਵੀ ਹਨਾ ਡਾਇਰੈਕਸ਼ਨ ਵੀ ਨੌਰਥ ਤਾਂ ਨੌਰਥ ਦੇ ਵਿੱਚ ਹੀ ਹੈ, ਕਈ ਵਾਰੀ ਆਪਣੇ ਕੋਲ ਹੋਲ ਜਾ ਵੀ ਮਤਲਬ ਡਾਇਰੈਕਸ਼ਨ ਦੇ ਵਿੱਚ ਵੀ ਚੇਂਜ ਆ ਜਾਂਦੇ। ਜਿਵੇਂ ਇੱਦਾਂ ਹੁਣ ਆਪਣੇ ਕੋਲ ਨੌਰਥ ਇੱਥੇ ਆ ਗਿਆ ਜੀ, ਸਾਊਥ ਇੱਥੇ ਆ ਗਿਆ, ਫਿਰ ਆਪਾਂ ਉੱਜਾਂਗੇ। ਠੀਕ ਹੈ ਜੀ, ਨੌਰਥ ਇੱਥੇ ਆ ਗਿਆ ਆਪਣੇ ਕੋਲ ਤੇ ਸਾਊਥ ਇੱਥੇ ਆ ਗਿਆ। ਹੁਣ ਆਪਾਂ ਨੂੰ ਇੱਥੇ ਇਹ ਨਹੀਂ ਪਤਾ ਲੱਗਣਾ ਵੀ ਈਸਟ ਕਿੱਧਰ ਹੈ ਤੇ ਵੈਸਟ ਕਿੱਧਰ ਹੈ। ਠੀਕ ਹੈ, ਤਾਂ ਆਪਾਂ ਨੇ ਕੀ ਕਰਨਾ, ਜਦੋਂ ਇੱਕ ਆਪਣੇ ਕੋਲ ਹੁੰਦਾ ਕਲੋਕ ਵਾਈਜ਼, ਇੱਕ ਕੀ ਹੁੰਦਾ ਜੀ ਐਂਟੀ ਕਲੋਕ ਵਾਈਜ਼। ਕਲੋਕ ਵਾਈਜ਼ ਜਿੱਦਾਂ ਆਪਣੇ ਕੋਲ ਕੀ ਹੁੰਦਾ ਜੀ, ਸੂਈ ਦੀਆਂ ਘੜੀਆਂ ਹੁੰਦੀਆਂ ਨੇ, ਜਿਵੇਂ ਸੂਈ ਦੀਆਂ ਘੜੀਆਂ ਏਦਾਂ ਹੀ ਚੱਲਦੀਆਂ ਨੇ ਨਾ, ਤਾਂ ਇਹਦਾ ਕੀ ਹੋਊਗਾ ਕਲੋਕ ਵਾਈਜ਼, ਤੇ ਇਹਦੇ ਉਲਟੋ ਕੀ ਹੁੰਦਾ ਜੀ ਐਂਟੀ ਕਲੋਕ ਵਾਈਜ਼। ਜਿਹੜੀ ਚੀਜ਼ ਦਾ ਆਪਣੇ ਮੇਨ ਖਿਆਲ ਰੱਖਣਾ, ਆਪਣੇ ਈਸਟ ਤੇ ਵੈਸਟ ਨੂੰ ਆਪਾਂ ਦੇਖਣਾ ਵੀ ਈਸਟ ਵੈਸਟ ਕਿੱਥੇ ਹੋਊਗਾ, ਇਹ ਚੀਜ਼ ਦਾ ਮੇਨ ਬਹੁਤ ਖਿਆਲ ਰੱਖਣਾ। ਨੌਰਥ ਤੋਂ ਲੈ ਕੇ ਜਦੋਂ ਆਪਾਂ ਸਾਊਥ ਨੂੰ ਜਾ ਰਹੇ ਹਾਂ, ਨੌਰਥ ਤੋਂ ਸਾਊਥ ਨੂੰ ਜਦੋਂ ਆਪਾਂ ਕਲੋਕ ਵਾਈਜ਼ ਜਾ ਰਹੇ ਹਾਂ, ਨੌਰਥ ਤੋਂ ਸਾਊਥ ਨੂੰ ਜਦੋਂ ਆਪਾਂ ਕਲੋਕ ਵਾਈਜ਼ ਜਾ ਰਹੇ ਹਾਂ, ਤਾਂ ਵਿਚਕਾਰ ਆਪਣੇ ਕੋਲ ਕੀ ਆਊਗੀ, ਹਮੇਸ਼ਾ ਈਸਟ ਆਊਗਾ। ਤੇ ਜਿਹੜੀ ਆਪਣੇ ਕੋਲ ਫੋਰਥ ਵਾਲੀ ਡਾਇਰੈਕਸ਼ਨ ਉਹ ਕਿਹੜੀ ਰਹੇਗੀ ਜੀ, ਆਪਣੇ ਕੋਲ ਵੈਸਟ। ਠੀਕ ਹੈ ਜੀ, ਇੱਥੇ ਵੀ ਕੀ ਹੋਊਗਾ ਜੀ, ਨੌਰਥ, ਨੌਰਥ ਆ ਗਿਆ ਤੇ ਸਾਊਥ ਆ ਗਿਆ ਜੀ, ਇਹਦੇ ਵਿਚਕਾਰ ਆ ਗਿਆ। ਤਾਂ ਜਦੋਂ ਆਪਾਂ ਇਹਦੇ ਕਲੋਕ ਵਾਈਜ਼ ਜਾ ਰਹੇ ਹਾਂ, ਨੌਰਥ ਤੋਂ ਸਾਊਥ ਨੂੰ ਕਲੋਕ ਵਾਈਜ਼ ਜਾ ਰਹੇ ਹਾਂ, ਤਾਂ ਆਪਣੇ ਕੋਲ ਵਿਚਕਾਰ ਕੀ ਹੋਊ ਜੀ, ਈਸਟ ਆਊਗਾ। ਜੇ ਇੱਦਾਂ ਯਾਦ ਰੱਖ ਲਓ, ਨੌਰਥ ਤੋਂ ਸਾਊਥ ਨੂੰ ਜਦੋਂ ਆਪਾਂ ਐਂਟੀ ਕਲੋਕ ਜਾ ਰਹੇ ਹਾਂ, ਤਾਂ ਸਾਡੇ ਕੋਲ ਕੀ ਹੋਊਗੀ, ਉੱਥੇ ਵੈਸਟ ਆਊਗਾ। ਠੀਕ ਹੈ ਜੀ, ਇੱਕ ਤਾਂ ਆਪਣੇ ਕੋਲ ਇਹ ਟੋਪਿਕ ਆ ਗਿਆ ਇੱਥੇ ਆਪਣੇ ਕੋਲ, ਤਾਂ ਇੱਕ ਹੋਰ ਕੀ ਟੋਪਿਕ ਆਪਣੇ ਕੋਲ, ਜਦੋਂ ਆਪਾਂ ਕੀ ਕਰਦੇ ਇਹਦੇ ਵਿੱਚ ਸਮ ਕਿੱਦਾਂ ਦੇ ਹੋਣਗੇ, ਇਹਦੇ ਵਿੱਚ ਜਿਹੜੇ ਸਮ ਹੋਣਗੇ ਉਹਨਾਂ ਵਿੱਚੋਂ ਕਹੂਗਾ ਕਿਸੇ ਦਾ ਇੱਕ ਦਾ ਨਾਂ ਲੈ ਲਓ, ਕਿਸੇ ਵੀ ਵਿਅਕਤੀ ਦਾ, ਉਹ ਕਹਿ ਦੂ ਵੀ ਮੰਨ ਕੇ ਚੱਲੋ ਵੀ ਉਹਨੇ ਕਹਿਤਾ ਵੀ ਨੌਰਥ, ਈਸਟ, ਸਾਊਥ, ਵੈਸਟ, ਉਹ ਕੁਛ ਵੀ ਕਹਿ ਸਕਦਾ ਜੀ। ਠੀਕ ਹੈ ਜੀ, ਉਹਨੇ ਮੰਨ ਕੇ ਚੱਲੋ ਇੱਦਾਂ ਕਹਿਤਾ ਵੀ ਕੋਈ ਨੇਮ ਲੈ ਲਓ ਕੋਈ ਵੀ ਨਰਿੰਦਰ ਵੀ ਆਪਣੇ ਘਰ ਤੋਂ, ਠੀਕ ਹੈ ਜੀ, ਨੌਰਥ ਵੱਲ ਨੂੰ ਜਾ ਰਿਹਾ, ਨੌਰਥ ਵੱਲ ਨੂੰ ਉਹ 10 ਕਿਲੋਮੀਟਰ ਗਿਆ, ਫਿਰ ਉਹ ਰਾਈਟ ਮੁੜਿਆ, ਲੈਫਟ ਮੁੜਿਆ, ਰਾਈਟ ਲੈਫਟ, ਇੱਦਾਂ 90 ਦੇ ਐਂਗਲ ਤੇ ਮੁੜਿਆ, ਉਹ ਜੋ ਵੀ ਹੈ। ਠੀਕ ਹੈ ਜੀ, ਤਾਂ ਇੱਥੇ ਜਿਹੜੀ ਆਪਣੇ ਕੋਲ ਮੇਨ ਖਿਆਲ ਰੱਖਣਾ, ਤਾਂ ਇਹਦੇ ਵਿੱਚ ਆਪਣੇ ਕੀ ਖਿਆਲ ਰੱਖਣਾ, ਜਦੋਂ ਆਪਾਂ ਈਸਟ ਵੱਲ ਨੂੰ ਜਾ ਰਹੇ ਹਾਂ ਜੀ, ਮੰਨ ਕੇ ਚੱਲੋ ਵੀ ਨਰਿੰਦਰ ਹੈ ਜੋ ਈਸਟ ਵੱਲ ਨੂੰ ਜਾ ਰਿਹਾ, ਅੱਗੇ ਜਾ ਕੇ ਉਹ ਜੇ ਉਸਨੇ ਕਿਹਾ ਵੀ ਲੈਫਟ ਹੈ, ਆਪਣੇ ਕੀ ਖਿਆਲ ਰੱਖਣਾ, ਤਾਂ ਮੰਨ ਕੇ ਚੱਲੋ ਆਪਾਂ ਹੁਣ ਇੱਦਾਂ ਜਾ ਰਹੇ ਹਾਂ ਈਸਟ ਨੂੰ, ਇੱਦਾਂ ਨੂੰ ਜਾ ਰਹੇ ਨਾ, ਈਸਟ ਆਪਣੇ ਕੋਲ ਇੱਦਾਂ ਨੂੰ ਜਾ ਰਿਹਾ, ਈਸਟ ਵੱਲ ਨੂੰ, ਤਾਂ ਈਸਟ ਵੱਲ ਨੂੰ ਜਾ ਰਿਹਾ, ਹੁਣ ਮੈਂ ਇੱਦਾਂ ਨੂੰ ਜਾ ਰਿਹਾ, ਹੁਣ ਆਪਣੇ ਕੋਲ ਇੱਕ ਮੇਨ ਹੁੰਦਾ, ਤਾਂ ਆਪ ਮੇਰਾ ਲੈਫਟ ਕੀ ਹੋਊਗਾ, ਇੱਧਰ ਹੋਊਗਾ, ਈਸਟ ਨੂੰ ਜਾ ਰਿਹਾ, ਲੈਫਟ ਕੀ ਹੋਊਗਾ, ਇੱਧਰ ਨੂੰ ਗਿਆ, ਤਾਂ ਈਸਟ ਦਾ ਲੈਫਟ ਕੀ ਹੋਊਗਾ ਜੀ, ਉੱਪਰ ਨੂੰ ਹੋ ਗਿਆ, ਇੱਧਰ ਨੂੰ ਕੀ ਹੋ ਜਿਹਦਾ ਲੈਫਟ, ਤੇ ਨੀਚੇ ਨੂੰ ਕੀ ਹੋ ਜਿਹਦਾ ਰਾਈਟ, ਇੱਕ ਇਹ ਚੀਜ਼। ਅਤੇ ਵੈਸਟ ਦੇ ਵਿੱਚ ਇਹ ਦੋਵੇਂ ਚੀਜ਼ਾਂ ਕੀ ਹੋ ਜਾਣਗੀਆਂ ਜੀ, ਉਲਟ ਹੋ ਜਾਣਗੀਆਂ, ਵੈਸਟ ਦੇ ਵਿੱਚ ਨੀਚੇ ਨੂੰ ਕੀ ਹੋ ਜੂ ਜੀ, ਲੈਫਟ ਹੋ ਜੂਗਾ, ਉੱਪਰ ਨੂੰ ਕੀ ਹੋ ਜੂ ਜੀ, ਰਾਈਟ ਹੋ ਜੂਗਾ। ਤਾਂ ਹੁਣ ਜਦੋਂ ਮੈਂ ਨੌਰਥ ਵੱਲ ਨੂੰ ਜਾ ਰਿਹਾ, ਮੰਨ ਕੇ ਚੱਲੋ ਮੈਂ ਇੱਧਰ ਨੂੰ ਇੱਦਾਂ ਨੂੰ ਜਾ ਰਿਹਾ, ਨੌਰਥ ਵੱਲ ਨੂੰ, ਨੌਰਥ ਵੱਲ ਨੂੰ ਮੇਰਾ ਜਿਹੜਾ ਲੈਫਟ ਸਾਈਡ ਹੈ ਇੱਧਰ ਨੂੰ ਬਣਦੀ ਹੈ, ਰਾਈਟ ਕਿੱਧਰ ਨੂੰ ਬਣਦੀ ਹੈ, ਇੱਧਰ ਨੂੰ ਬਣਦੀ ਹੈ, ਤਾਂ ਨੌਰਥ ਦੇ ਵਿੱਚ ਲੈਫਟ ਇੱਧਰ ਨੂੰ ਹੋ ਗਿਆ ਤੇ ਰਾਈਟ ਕੀ ਹੋ ਗਿਆ ਜੀ, ਇਸ ਸਾਈਡ ਹੋ ਗਿਆ, ਤੇ ਸਾਊਥ ਦੇ ਵਿੱਚ ਇਹ ਚੀਜ਼ ਕੀ ਹੋ ਜੂ ਜੀ, ਉਲਟ ਹੋ ਜੂ, ਕਿਉਂਕਿ ਹੁਣ ਮੈਂ ਇੱਧਰ ਨੂੰ ਜਾ ਰਿਹਾ, ਉਲਟ ਕੇ ਹੋ ਜੂ, ਫਿਰ ਮੈਂ ਇੱਧਰ ਨੂੰ ਤੁਰਨ ਲੱਗ ਜੂਗਾ। ਠੀਕ ਹੈ ਜੀ, ਤਾਂ ਇਹ ਚੀਜ਼ ਕੀ ਹੋਊਗੀ, ਉਲਟ ਹੋਊਗੀ ਮੇਰੇ ਕੋਲ, ਤਾਂ ਇੱਧਰ ਨੂੰ ਕੀ ਹੈਗਾ ਜੀ ਮੇਰੇ ਕੋਲ, ਇੱਧਰ ਕੀ ਆਜੂ ਜੀ, ਲੈਫਟ ਆਜੂ, ਤੇ ਇੱਧਰ ਕੀ ਆਜੂ, ਰਾਈਟ ਆਜੂਗਾ। ਯਾਦ ਰੱਖਣ ਦਾ ਤਰੀਕਾ, ਇੱਕ ਮਾਈਂਡ ਦੇ ਵਿੱਚ ਆਪਣੇ ਸ਼ੇਪ ਬਣਾਉ, ਮੈਂ ਉਹਦਾ ਬਾਈ ਵਿਅਕਤੀ ਦਾ ਨਾਮ ਵੀ ਕਿੱਧਰ ਨੂੰ ਜਾ ਰਿਹਾ, ਜਿੱਧਰ ਨੂੰ ਜਾ ਰਿਹਾ ਤਾਂ ਉਹਨੂੰ ਇੱਕ ਵਾਰ ਉੱਧਰ ਨੂੰ ਤੋਰ ਲਓ ਤੇ ਉੱਥੋਂ ਲੈਫਟ ਤੇ ਰਾਈਟ ਦੀ ਆਪਾਂ ਫਾਈਂਡ ਕਰ ਲਾਂਗੇ। ਇੱਕ ਤਾਂ ਇਹਦੇ ਵਿੱਚ ਇਹ ਚੀਜ਼ਾਂ ਆ ਜਾਂਦੇ ਨੇ ਜੀ, ਦੂਜਾ ਇਹਦੇ ਵਿੱਚ ਕੀ ਆ ਜਾਂਦਾ, ਦੂਜਾ ਸੈਕਿੰਡ ਦੇ ਵਿੱਚ ਕੀ ਹੁੰਦਾ, ਇੱਥੇ ਕੀ ਗਿਆ ਆਪਣੇ ਕੋਲ ਜੀ, ਨੌਰਥ, ਈਸਟ, ਵੈਸਟ ਤੇ ਸਾਊਥ। ਹੁਣ ਇਹ ਤਾਂ ਨੌਰਥ, ਈਸਟ, ਵੈਸਟ, ਸਾਊਥ ਹੋ ਗਿਆ, ਤੇ ਜਿਹੜੀ ਆਪਣੇ ਕੋਲ ਇੱਥੇ ਜਿਹੜਾ ਪੁਆਇੰਟ ਬਣੂਆ,
ਵਿਚਕਾਰ ਨੌਰਥ ਤੋਂ ਲੈ ਕੇ ਈਸਟ ਦੇ ਵਿਚਕਾਰ ਜੋ ਵੀ ਪੁਆਇੰਟ ਬਣੂਆ ਉਹਨੂੰ ਮੈਂ ਕੀ ਕਹੂੰ ਜੀ ਨੌਰਥ ਈਸਟ ਈਸਟ ਤੋਂ ਲੈ ਕੇ ਵੈਸਟ ਦੇ ਵਿਚਕਾਰ ਜੋ ਵੀ ਆਪਣੇ ਕੋਲ ਬਣੂਆ ਤਾਂ ਉਹ ਆਪਣੇ ਕੋਲ ਕੀ ਹੋਊ ਜੀ ਈਸਟ ਵੈਸਟ ਵੈਸਟ ਤੋਂ ਲੈ ਕੇ ਸਾਊਥ ਦੇ ਵਿਚਕਾਰ ਜੋ ਵੀ ਪੁਆਇੰਟ ਬਣੂਆ ਉਹ ਕੀ ਹੋਊ ਜੀ ਸਾਊਥ ਵੈਸਟ ਤੇ ਨੌਰਥ ਤੇ ਸਾਊਥ ਦੇ ਵਿਚਕਾਰ ਨੌਰਥ ਸਾਊਥ ਸਾਊਥ ਨੌਰਥ ਨੌਰਥ ਸਾਊਥ ਠੀਕ ਹੈ ਜੀ ਇਹ ਇੱਦਾਂ ਆਪਣੇ ਕੋਲ ਆ ਗਈ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਜਿਹੜਾ ਇਹਦਾ ਸਾਰਾ ਐਂਗਲ ਜਿਹੜਾ ਟੋਟਲ ਐਂਗਲ ਹੈ ਟੋਟਲ ਐਂਗਲ ਜਦੋਂ ਇੱਕ ਵਾਰੀ ਰੋਟੇਟ ਹੋ ਜੂ ਟੋਟਲ ਦਾ ਟੋਟਲ ਐਂਗਲ ਤਾਂ ਟੋਟਲ ਐਂਗਲ ਕਿੰਨੇ ਦਾ ਬਣੂ ਜੀ ਮੇਰੇ ਕੋਲੇ 360 ਦਾ 360 ਡਿਗਰੀ ਦਾ ਆਪਣੇ ਕੋਲ ਕੀ ਬਣ ਜੂ ਜੀ ਕੋਣ ਬਣ ਜੂਗਾ ਤੇ ਨੌਰਥ ਤੋਂ ਲੈ ਕੇ ਜੇ ਸਿੱਧਾ ਆਪਾਂ ਈਸਟ ਨੂੰ ਜਾਂਦੇ ਹਾਂ ਇੱਥੇ ਵੀ 90 ਡਿਗਰੀ ਦਾ ਐਂਗਲ ਬਣਦਾ ਇੱਥੇ ਵੀ 90 ਦਾ ਐਂਗਲ ਬਣਦਾ ਜੀ ਤੇ ਇੱਥੇ ਵੀ ਕੀ ਹੈ ਜੀ 90 ਦਾ ਐਂਗਲ ਹੋ ਗਿਆ ਇੱਥੇ ਵੀ ਕੀ ਹੈ 90 ਦਾ ਐਂਗਲ ਹੋ ਗਿਆ ਠੀਕ ਹੈ ਤੇ ਹੁਣ ਜੇ ਆਪਾਂ ਇਹਦੇ ਵਿੱਚ ਇੱਥੋਂ ਇਹ ਸਾਰੇ 90-90 ਦੇ ਐਂਗਲ ਆਪਣੇ ਕੋਲ ਕੀ ਬਣਗੇ ਜੀ 90-90 ਦੇ ਐਂਗਲ ਬਣਗੇ ਆਪਣੇ ਕੋਲ ਤਾਂ ਇਸ ਤੋਂ ਬਾਅਦ ਜੇ ਹੁਣ ਉਹਨੇ ਆਪਾਂ ਨੂੰ ਕਹਿਤਾ ਇਹ ਮੈਂ ਤੁਹਾਨੂੰ ਦੱਸੇ ਸੀ ਸਾਰੇ ਈਸਟ ਵੈਸਟ ਹੋ ਗਿਆ ਇੱਥੇ ਆਪਣੇ ਕੋਲ ਕੀ ਹੋ ਗਿਆ ਜੀ ਨੌਰਥ ਈਸਟ ਹੋ ਗਿਆ ਜੀ ਠੀਕ ਹੈ ਜੀ ਤਾਂ ਇੱਥੇ ਆਪਣੇ ਕੋਲ ਕੀ ਹੋ ਗਿਆ ਜੀ ਨੌਰਥ ਸਾਊਥ ਸੀਗਾ ਤੇ ਇੱਥੇ ਆਪਣੇ ਕੋਲ ਕੀ ਸੀਗਾ ਜੀ ਸਾਊਥ ਵੈਸਟ ਸੀਗਾ ਇਹ ਆਪਣੇ ਕੋਲ ਸੀਗੇ ਸਾਰੇ ਉਰੇ ਤਾਂ ਦੱਸ ਰਿਹਾ ਸੀਗਾ ਮੈਂ ਤੇ ਹੁਣ ਜੇ ਉਹ ਕਈ ਵਾਰੀ ਕਹਿ ਦੇ ਵੀ ਨੌਰਥ ਈਸਟ ਤੋਂ ਲੈ ਕੇ ਈਸਟ ਵੈਸਟ ਤੱਕ 90 ਦੇ ਐਂਗਲ ਤੇ ਮੁੜਿਆ ਉਹ ਮੰਨ ਕੇ ਚੱਲੋ ਉਹਨੇ ਕਹਿਤਾ ਵੀ ਨੌਰਥ ਤੋਂ ਚੱਲ ਕੇ ਕੋਈ ਵਿਅਕਤੀ ਕਲੋਕ ਵਾਈਜ਼ ਨੌਰਥ ਤੋਂ ਚੱਲ ਕੇ ਕੋਈ ਵੀ ਵਿਅਕਤੀ ਕਲੋਕ ਵਾਈਜ਼ 135 ਦੇ ਐਂਗਲ ਤੇ ਜਾ ਰਿਹਾ 135 ਦੇ ਐਂਗਲ ਤੇ ਪਹੁੰਚ ਗਿਆ ਇੱਥੋਂ ਤੱਕ ਕਿੰਨਾ ਹੋ ਗਿਆ ਜੀ ਮੇਰਾ 90 ਦਾ ਐਂਗਲ ਤਾਂ ਇਹ ਹੋ ਗਿਆ ਹੁਣ ਜੇ ਮੈਂ 90 ਦੇ ਆ ਹੋ ਗਿਆ 90 ਦਾ ਤਾਂ ਇਹ ਹੋ ਗਿਆ ਹੁਣ ਜੇ ਮੈਂ ਇਹਦਾ ਹਾਫ ਕਰੂੰਗਾ ਇਹਦਾ ਅੱਧ ਕਰ ਦੂੰਗਾ ਇਹਦਾ ਅੱਧ ਕਰਕੇ ਕਿੰਨੇ ਦੇ ਰਹਿ ਗਿਆ ਜੀ 45 ਡਿਗਰੀ ਦੇ ਰਹਿ ਗਿਆ ਤਾਂ ਜਦੋਂ ਇਹਦਾ ਅੱਧ ਕਰਕੇ 45 ਡਿਗਰੀ ਦੇ ਰਹਿ ਗਿਆ 90 ਦੇ 45 ਕਿੰਨੇ ਹੋ ਗਏ ਜੀ ਆਪਣੇ ਕੋਲੇ 135 ਡਿਗਰੀ ਦਾ ਹੋ ਗਿਆ ਇੱਕ ਆਪਣੇ ਕੋਲ ਏ ਵਾਲਾ ਟੋਪਿਕ ਹੋ ਉੱਥੇ ਠੀਕ ਹੈ ਇੱਕ ਆਪਣੇ ਕੋਲ ਕੀ ਹੈ ਜੀ ਲੈਫਟ ਰਾਈਟ ਆ ਗਿਆ ਇੱਕ ਆਪਣੇ ਕੋਲ ਕੀ ਹੋ ਜੀ ਇੱਕ ਇੱਕ ਹੋ ਜੀ ਸਨਸੈਟ ਤੇ ਸਨ ਰਾਈਜ਼ ਦਾ ਨੌਰਥ ਸਾਊਥ ਈਸਟ ਤੇ ਵੈਸਟ ਇੱਕ ਆਪਣੇ ਕੋਲ ਵਾਲਾ ਹੁਣ ਤੁਹਾਨੂੰ ਪਤਾ ਜੋ ਉਹਨੇ ਕਹਿੰਦਾ ਵੀ ਸਨ ਕੀ ਹੋ ਰਿਹਾ ਜੀ ਰਾਈਜ਼ ਹੋ ਰਿਹਾ ਸਨ ਰਾਈਜ਼ ਆਪਾਂ ਨੂੰ ਪਤਾ ਸਨ ਰਾਈਜ਼ ਕਿੱਥੋਂ ਹੁੰਦਾ ਜੀ ਸਨ ਰਾਈਜ਼ ਆਪਣੇ ਕੋਲ ਹਮੇਸ਼ਾ ਕਿੱਧਰ ਹੁੰਦਾ ਜੀ ਈਸਟ ਦੇ ਵਿੱਚ ਹੁੰਦਾ ਜਦੋਂ ਸਨ ਰਾਈਜ਼ ਇੱਥੋਂ ਹੋਊਗਾ ਤੇ ਵਿਅਕਤੀ ਜਿੱਧਰ ਵੀ ਖੜਾ ਹੈਗਾ ਉਹਦਾ ਪਰਛਾਵਾਂ ਕੀ ਹੋਊ ਜੀ ਉਲਟ ਹੋਊਗਾ ਨਾ ਜਦੋਂ ਗੱਲ ਸਨ ਰਾਈਜ਼ ਦੀ ਹੋ ਰਹੀ ਹੈ ਤਾਂ ਸਨ ਰਾਈਜ਼ ਕਿੱਧਰ ਹੋਊ ਜੀ ਵੈਸਟ ਤੇ ਹੋਊਗਾ ਤਾਂ ਉਹਦਾ ਪਰਛਾਵਾਂ ਵੀ ਕੀ ਹੋਊਗਾ ਉਲਟ ਹੋਊਗਾ ਤੇ ਜਦੋਂ ਇਹ ਵਾਲਾ ਟੌਪਿਕ ਆਊਗਾ ਆਪਾਂ ਟੌਪਿਕ ਦੇ ਉੱਤੇ ਉੱਥੇ ਕਿ ਜਿੰਨੇ ਵੀ ਸਾਰੇ ਟੌਪਿਕ ਹੋਣਗੇ ਮੈਂ ਸਨ ਰਾਈਜ਼ ਕਹਿਆ ਸਨਸੈਟ ਜਿਹੜਾ ਆਪਣੇ ਕੋਲ ਸਨਸੈਟ ਹੈ ਉਹ ਆਪਣੇ ਕੋਲ ਕਿੱਥੋਂ ਜੀ ਵੈਸਟ ਦੇ ਵਿੱਚ ਹੋਊਗਾ ਜਦੋਂ ਸਾਨੂੰ ਮੈਂ ਦੱਸਿਆ ਵੀ ਜਦੋਂ ਵੀ ਹੋਊਗਾ ਪਰਛਾਵਾਂ ਹਮੇਸ਼ਾ ਕੀ ਹੋਊ ਜੀ ਉਲਟ ਹੋਊਗਾ ਠੀਕ ਹੈ ਤਾਂ ਪਰਛਾਵਾਂ ਕੀ ਹੋਊਗਾ ਜੇ ਇੱਧਰ ਤਾਂ ਪਰਛਾਵਾਂ ਉੱਧਰ ਪੂਜਾ ਇੱਧਰ ਤਾਂ ਪਰਛਾਵਾਂ ਕੀ ਹੋਊਗਾ ਇੱਧਰ ਪੂਗਾ ਡਾਇਰੈਕਸ਼ਨ ਦੇ ਵਿੱਚ ਜਿਹੜੇ ਜਿਹੜੇ ਅੱਗੇ ਅੱਗੇ ਜਿਵੇਂ ਵੀ ਆਉਣਗੇ ਜਿਵੇਂ ਲੈਫਟ ਰਾਈਟ ਵਾਲਾ ਆਪਾਂ ਅਲੱਗ ਇੱਕ ਪਾਰਟ ਬਣਾ ਲਾਂਗੇ ਸਨਸੈਟ ਸਨਰਾਈਜ਼ ਵਾਲਾ ਆਪਾਂ ਅਲੱਗ ਇੱਕ ਪਾਰਟ ਬਣਾ ਲਾਂਗੇ ਐਂਗਲ ਵਾਲਾ ਅਲੱਗ ਪਾਰਟ ਬਣਾ ਲਾਂਗੇ ਲੈਫਟ ਰਾਈਟ ਵਾਲਾ ਜਿੰਨੇ ਵੀ ਜੋ ਵੀ ਆਉਣਗੇ ਠੀਕ ਹੈ ਜੀ ਉਸ ਹਿਸਾਬ ਨਾਲ ਆਪਾਂ ਸਾਰੇ ਪਾਰਟ ਬਣਾ ਕੇ ਫਸਟ ਪਾਰਟ ਸੈਕੰਡ ਪਾਰਟ ਥਰਡ ਪਾਰਟ ਜੋ ਜੋ ਪਾਰਟ ਹੋਣਗੇ ਸਾਰੇ ਜਿੰਨੇ ਪਾਰਟ ਬਣਨਗੇ ਆਪਣੇ ਡਾਇਰੈਕਸ਼ਨ ਦੇ ਵਿੱਚ ਬਣਾ ਕੇ ਆਪਾਂ ਉਹਨਾਂ ਦੀ ਕੀ ਕਰਾਂਗੇ ਜੀ ਵੀਡੀਓ ਕਰਾਂਗੇ ਜਿਹੜੀ ਆਪਣੇ ਕੋਲ ਕੱਲ੍ਹ ਦੀ ਵੀਡੀਓ ਹੋਊਗੀ ਕੱਲ੍ਹ ਦੀ ਵੀਡੀਓ ਆਪਾਂ ਕੀ ਕਰਾਂਗੇ ਆਪਾਂ ਡਾਇਰੈਕਸ਼ਨ ਦੇ ਇੱਕ ਫਸਟ ਪਾਰਟ ਦੇ ਉੱਤੇ ਪਹਿਲੇ ਲੈ ਕੇ ਆਵਾਂਗੇ ਠੀਕ ਹੈ ਜੀ ਤਾਂ ਅੱਜ ਸਾਡੀ ਜਿਹੜੀ ਵੀਡੀਓ ਸੀਗੀ ਵੀਡੀਓ ਦਾ ਮਕਸਦ ਸੀਗਾ ਡਾਇਰੈਕਸ਼ਨ ਦੇ ਬਾਰੇ ਕੀ ਡਾਇਰੈਕਸ਼ਨ ਹੈ ਕੀ ਹੈ ਕਿੱਦਾਂ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ ਕੀ ਆਪਾਂ ਇਹਦੇ ਵਿੱਚ ਪੜ੍ਹਨਾ ਗਾ ਠੀਕ ਹੈ ਜੀ ਕੋਈ ਖਾਸ ਡਿਫੀਕਲਟ ਹੋਵੇਗਾ ਮਕਸਦ ਸੀਗਾ ਅੱਜ ਵੀ ਡਾਇਰੈਕਸ਼ਨ ਬਾਰੇ ਹੁੰਦਾ ਕੀ ਹੈ ਠੀਕ ਹੈ ਜੀ ਅੱਗੇ ਜਾ ਕੇ ਆਪਾਂ ਡਾਇਰੈਕਸ਼ਨ ਕੀ ਲਵਾਂਗੇ ਸਾਰੀ ਵੀਡੀਓ ਜਿਵੇਂ ਦੱਸਿਆ ਫਸਟ ਸੈਕੰਡ ਥਰਡ ਜਿੰਨੇ ਪਾਰਟ ਬਣੇ ਉਹਨਾਂ ਵਿੱਚ ਆਪਾਂ ਲਿਆਵਾਂਗੇ ਠੀਕ ਹੈ ਜੀ ਤਾਂ ਆਪਣਾ ਜਿਹੜਾ ਡਾਇਰੈਕਸ਼ਨ ਪਾਰਟ ਹੈ ਬਿਲਕੁਲ ਈਜ਼ੀ ਪਾਰਟ ਇਹਦੇ ਵਿੱਚ ਕੁਛ ਨਹੀਂ ਹੈਗਾ ਠੀਕ ਹੈ ਇਹਦੇ ਵਿੱਚੋਂ ਡਾਇਰੈਕਸ਼ਨ ਦੇ ਵਿੱਚੋਂ ਸਾਂਭੀ ਆਉਂਦੇ ਹੁੰਦੇ ਨੇ ਠੀਕ ਹੈ ਜੀ ਤਾਂ ਹੁਣ ਮੈਂ ਅੱਜ ਦੇ ਟੋਪਿਕ ਲਈ ਇੰਨਾ ਬੋਲਦੇ ਹੋਏ ਧੰਨਵਾਦ ਤੇ ਇੱਕ ਗੁਜ਼ਾਰਿਸ਼ ਕਰਦਾ ਕਿ ਜਿਹੜਾ ਸਾਡੇ ਚੈਨਲ ਹੈ ਚੈਨਲ ਦੇ ਉੱਤੇ ਜੋ ਵੀ ਸਾਡੀ ਵੀਡੀਓ ਆਈ ਹੈ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਇਹਦੇ ਉੱਤੇ ਠੀਕ ਹੈ ਜੀ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਰੋ ਠੀਕ ਹੈ ਜੀ ਜ਼ਿਆਦਾ ਤੋਂ ਜ਼ਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਜਿਹੜੇ ਨਵੀਂ ਨਵੀਂ ਜੋ ਵੀ ਅਸੀਂ ਵੀਡੀਓ ਲਿਆਵਾਂਗੇ ਉਹਨਾਂ ਦੇ ਤੁਹਾਡੇ ਨੋਟੀਫਿਕੇਸ਼ਨ ਆਉਂਦੇ ਰਹਿਣ ਤੇ ਤੁਸੀਂ ਸਾਡੀ ਵੀਡੀਓ ਕਿਹੋ ਦੇਖਦੇ ਰਹੋ ਧੰਨਵਾਦ।